ਦੇਖੋ ਕਿਸਾਨੀ ਸਾਡੀ ਜਾਨ ਹੈ ਅਤੇ ਕਿਸਾਨ ਅਸੀਂ ਆਪ ਕਿਸਾਨ ਪਰਿਵਾਰ ਤੋਂ ਹਾਂ। ਕੋਈ ਬੰਦਾ ਹੋਏਗਾ ਜਿਹਦੀ ਜ਼ਮੀਨ ਨਹੀਂ ਹੋਏਗੀ ਜਿਹੜਾ ਪੰਜਾਬ 'ਚ ਰਹਿੰਦਾ, ਸੋ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹ ਜ਼ਰੂਰ ਮੰਨੀਆਂ ਜਾਣੀਆਂ ਚਾਹੀਦੀਆਂ ਨੇ। ਉਹ ਸਾਡੇ ਸਾਰਿਆਂ ਦੇ ਲਈ ਲੜ ਰਹੇ ਨੇ ਔਰ ਜਿਹੜਾ ਅੰਨਦਾਤਾ ਹੈ ਉਹਦੇ ਲਈ ਤਾਂ ਜਾਨ ਵੀ ਹਾਜ਼ਰ ਹੈ। ਇਹ ਤਾਂ ਉਹ ਘਰ ਹੈ ਜਿਸ ਨੇ ਸਭ ਕੁਝ ਦਿੱਤਾ, ਇੱਥੇ ਆਉਣਾ ਤਾਂ ਬੜੇ ਜਦੋਂ ਬਾਬਾ ਆਵਾਜ਼ ਦੇਵੇ ਤਾਂ ਬੰਦਾ ਉਦੋਂ ਹੀ ਆ ਸਕਦਾ। ਇਸ ਸਿਫਤੀ ਦਾ ਘਰ ਸ਼ਹਿਰ ਅੰਮ੍ਰਿਤਸਰ ਨਗਰੀ ਹੈ ਮੇਰੇ ਸੋਢੀ ਸੁਲਤਾਨ ਦੀ, ਸੋ ਇਹ ਤਾਂ ਉਹ ਘਰ ਹੈ ਜਿਸ ਨੇ ਸਭ ਕੁਝ ਦਿੱਤਾ, ਇੱਥੇ ਆਉਣਾ ਤਾਂ ਬੜੇ ਜਦੋਂ ਬਾਬਾ ਆਵਾਜ਼ ਦੇਵੇ ਤਾਂ ਬੰਦਾ ਉਦੋਂ ਹੀ ਆ ਸਕਦਾ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ, ਮੈਨੂੰ ਲੱਗਦਾ ਹਰ ਬੰਦੇ ਦੀ ਜਿਹੜਾ ਅੰਮ੍ਰਿਤ ਸ਼੍ਰੀ ਅੰਮ੍ਰਿਤਸਰ ਸਾਹਿਬ ਆਉਂਦਾ ਕਿ ਉਹ ਇਸ ਦਰ 'ਤੇ ਜ਼ਰੂਰ ਮੱਥਾ ਟੇਕਿਆ ਹੈ। ਸੋ ਅੱਜ ਸਾਨੂੰ ਵੀ ਬਾਬਾ ਜੀ ਨੇ ਇਹ ਆਵਾਜ਼ ਦਿੱਤੀ ਹੈ ਅਤੇ ਅਸੀਂ ਦਰਸ਼ਨਾਂ ਲਈ ਆਏ ਹਾਂ। ਸਰਬੱਤ ਦੇ ਭਲੇ ਦੀ ਅਰਦਾਸ ਹੈ ਕਿ ਪੂਰੀ ਧਰਤੀ ਜਿਹੜੀ ਉਹ ਅਮਨੋ ਅਮਾਨ ਦੇ ਨਾਲ ਰਹੇ, ਲੋਕਾਂ ਦੇ ਘਰਾਂ 'ਚ ਦਰਾਂ 'ਚ ਸੁੱਖ ਜ਼ਰੂਰ ਹੋਵੇ, ਸ਼ਾਂਤੀ ਹੋਵੇ, ਅਮਨ ਹੋਵੇ। ਦੇਖੋ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਪੀੜ੍ਹੀ ਨੂੰ, ਨੌਜਵਾਨ ਪੀੜ੍ਹੀ ਨੂੰ ਇਹ ਦੱਸੀਏ ਕਿ ਜਿਹੜਾ ਅਸਲ 'ਚ ਪੰਜਾਬ ਹੈ, ਜਿਹੜਾ ਅਸੀਂ ਕਿਤਾਬਾਂ 'ਚ ਪੜ੍ਹਦੇ ਸੀਗੇ ਮੇਲਿਆਂ ਦਾ, ਤਿਉਹਾਰਾਂ ਦਾ, ਮੇਜ਼ਬਾਨੀ ਦਾ, ਪੰਜਾਬੀ ਜਿਹੜੀ ਵਾਈਬ੍ਰੇਸ਼ਨ ਹੈ, ਇੱਕ ਜਿਹਨੂੰ ਕਹਿੰਦੇ ਨਾ ਵੀ ਇੱਕ ਰੰਗਾਂ ਦਾ, ਉਹ ਕਿਤਾਬਾਂ ਦਾ, ਮਾਂ ਬੋਲੀ ਦਾ, ਉਹ ਸਾਰੇ ਪੂਰੇ ਦੇ ਪੂਰੇ ਜਿਹਨੂੰ ਕਹਿੰਦੇ ਨਾ ਗੁਲਦਸਤੇ ਨੂੰ ਪੰਜਾਬ ਸਰਕਾਰ ਨੇ ਰੰਗਲੇ ਪੰਜਾਬ ਫੈਸਟੀਵਲ ਦੇ ਜ਼ਰੀਏ ਜਿਹੜਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਮੈਂ ਵਧਾਈ ਦੇਣਾ ਚਾਹੁੰਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ। ਦੇਖੋ ਕਿਸਾਨੀ ਸਾਡੀ ਜਾਨ ਹੈ ਅਤੇ ਕਿਸਾਨ ਅਸੀਂ ਆਪ ਕਿਸਾਨ ਪਰਿਵਾਰ ਤੋਂ ਹਾਂ। ਕੋਈ ਬੰਦਾ ਹੋਏਗਾ ਜਿਹਦੀ ਜ਼ਮੀਨ ਨਹੀਂ ਹੋਏਗੀ ਜਿਹੜਾ ਪੰਜਾਬ 'ਚ ਰਹਿੰਦਾ, ਸੋ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹ ਜ਼ਰੂਰ ਮੰਨੀਆਂ ਜਾਣੀਆਂ ਚਾਹੀਦੀਆਂ ਨੇ, ਕਿਉਂਕਿ ਇਹ ਲੜਾਈ ਜਿਹੜੀ ਹੈ ਇਹ ਮਤਲਬ ਉਹ ਆਪਣੇ ਲਈ ਨਹੀਂ ਲੜ ਰਹੇ, ਉਹ ਸਾਡੇ ਸਾਰਿਆਂ ਦੇ ਲਈ ਲੜ ਰਹੇ ਨੇ ਔਰ ਜਿਹੜਾ ਅੰਨਦਾਤਾ ਹੈ ਉਹਦੇ ਲਈ ਤਾਂ ਜਾਨ ਵੀ ਹਾਜ਼ਰ ਹੈ। ਸੋ ਅਸੀਂ ਤਾਂ ਸਦਾ ਹੀ ਉਹਨਾਂ ਦੇ ਨਾਲ ਹਮੇਸ਼ਾ ਹੀ ਖੜ੍ਹੇ ਰਹੇ ਹਾਂ ਔਰ ਅਸੀਂ ਆਪ ਕਿਸਾਨੀ ਪਰਿਵਾਰ 'ਚੋਂ ਹਾਂ, ਇਸ ਕਿੱਤੇ 'ਚੋਂ ਹਾਂ। ਸੋ ਸਾਡਾ ਤਾਂ ਹਮੇਸ਼ਾ ਹੀ ਅਸੀਂ ਸਾਡਾ ਖੰਡਾ ਬੰਦ ਹੈ। ਦੇਖੋ ਕਿਸਾਨੀ ਸਾਡੀ ਜਾਨ ਹੈ ਅਤੇ ਕਿਸਾਨ ਅਸੀਂ ਆਪ ਕਿਸਾਨ ਪਰਿਵਾਰ ਤੋਂ ਹਾਂ। ਕੋਈ ਬੰਦਾ ਹੋਏਗਾ ਜਿਹਦੀ ਜ਼ਮੀਨ ਨਹੀਂ ਹੋਏਗੀ ਜਿਹੜਾ ਪੰਜਾਬ 'ਚ ਰਹਿੰਦਾ, ਸੋ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹ ਜ਼ਰੂਰ ਮੰਨੀਆਂ ਜਾਣੀਆਂ ਚਾਹੀਦੀਆਂ ਨੇ। ਉਹ ਸਾਡੇ ਸਾਰਿਆਂ ਦੇ ਲਈ ਲੜ ਰਹੇ ਨੇ ਔਰ ਜਿਹੜਾ ਅੰਨਦਾਤਾ ਹੈ ਉਹਦੇ ਲਈ ਤਾਂ ਜਾਨ ਵੀ ਹਾਜ਼ਰ ਹੈ। ਇਹ ਤਾਂ ਉਹ ਘਰ ਹੈ ਜਿਸ ਨੇ ਸਭ ਕੁਝ ਦਿੱਤਾ, ਇੱਥੇ ਆਉਣਾ ਤਾਂ ਬੜੇ ਜਦੋਂ ਬਾਬਾ ਆਵਾਜ਼ ਦੇਵੇ ਤਾਂ ਬੰਦਾ ਉਦੋਂ ਹੀ ਆ ਸਕਦਾ। ਇਸ ਸਿਫਤੀ ਦਾ ਘਰ ਸ਼ਹਿਰ ਅੰਮ੍ਰਿਤਸਰ ਨਗਰੀ ਹੈ ਮੇਰੇ ਸੋਢੀ ਸੁਲਤਾਨ ਦੀ, ਸੋ ਇਹ ਤਾਂ ਉਹ ਘਰ ਹੈ ਜਿਸ ਨੇ ਸਭ ਕੁਝ ਦਿੱਤਾ, ਇੱਥੇ ਆਉਣਾ ਤਾਂ ਬੜੇ ਜਦੋਂ ਬਾਬਾ ਆਵਾਜ਼ ਦੇਵੇ ਤਾਂ ਬੰਦਾ ਉਦੋਂ ਹੀ ਆ ਸਕਦਾ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ, ਮੈਨੂੰ ਲੱਗਦਾ ਹਰ ਬੰਦੇ ਦੀ ਜਿਹੜਾ ਅੰਮ੍ਰਿਤ ਸ਼੍ਰੀ ਅੰਮ੍ਰਿਤਸਰ ਸਾਹਿਬ ਆਉਂਦਾ ਕਿ ਉਹ ਇਸ ਦਰ 'ਤੇ ਜ਼ਰੂਰ ਮੱਥਾ ਟੇਕਿਆ ਹੈ। ਸੋ ਅੱਜ ਸਾਨੂੰ ਵੀ ਬਾਬਾ ਜੀ ਨੇ ਇਹ ਆਵਾਜ਼ ਦਿੱਤੀ ਹੈ ਅਤੇ ਅਸੀਂ ਦਰਸ਼ਨਾਂ ਲਈ ਆਏ ਹਾਂ। ਸਰਬੱਤ ਦੇ ਭਲੇ ਦੀ ਅਰਦਾਸ ਹੈ ਕਿ ਪੂਰੀ ਧਰਤੀ ਜਿਹੜੀ ਉਹ ਅਮਨੋ ਅਮਾਨ ਦੇ ਨਾਲ ਰਹੇ, ਲੋਕਾਂ ਦੇ ਘਰਾਂ 'ਚ ਦਰਾਂ 'ਚ ਸੁੱਖ ਜ਼ਰੂਰ ਹੋਵੇ, ਸ਼ਾਂਤੀ ਹੋਵੇ, ਅਮਨ ਹੋਵੇ। ਦੇਖੋ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਪੀੜ੍ਹੀ ਨੂੰ, ਨੌਜਵਾਨ ਪੀੜ੍ਹੀ ਨੂੰ ਇਹ ਦੱਸੀਏ ਕਿ ਜਿਹੜਾ ਅਸਲ 'ਚ ਪੰਜਾਬ ਹੈ,
ਜਿਹੜਾ ਅਸੀਂ ਕਿਤਾਬਾਂ 'ਚ ਪੜ੍ਹਦੇ ਸੀਗੇ, ਮੇਲਿਆਂ ਦਾ, ਤਿਉਹਾਰਾਂ ਦਾ, ਮੇਜ਼ਬਾਨੀ ਦਾ, ਪੰਜਾਬੀ ਜਿਹੜੀ ਵਾਈਬ੍ਰੇਸ਼ਨ ਹੈ, ਇੱਕ ਜਿਹਨੂੰ ਕਹਿੰਦੇ ਨਾ ਵੀ ਇੱਕ ਰੰਗਾਂ ਦਾ, ਉਹ ਕਿਤਾਬਾਂ ਦਾ, ਮਾਂ ਬੋਲੀ ਦਾ, ਉਹ ਸਾਰੇ ਪੂਰੇ ਦੇ ਪੂਰੇ ਜਿਹਨੂੰ ਕਹਿੰਦੇ ਨਾ ਗੁਲਦਸਤੇ ਨੂੰ ਪੰਜਾਬ ਸਰਕਾਰ ਨੇ ਰੰਗਲੇ ਪੰਜਾਬ ਫੈਸਟੀਵਲ ਦੇ ਜ਼ਰੀਏ ਜਿਹੜਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਮੈਂ ਵਧਾਈ ਦੇਣਾ ਚਾਹੁੰਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ। ਪਿਛਲੇ ਵਾਰੀ ਕਾਫੀ ਕਲਾਕਾਰਾਂ ਨੇ ਸਮਰਥਨ ਦਿੱਤਾ, ਇਸ ਵਾਰ ਬਹੁਤ ਕਲਾਕਾਰ ਘੱਟ ਹੋਏ। ਦੇਖੋ, ਕਿਸਾਨੀ ਸਾਡੀ ਜਾਨ ਹੈ ਅਤੇ ਕਿਸਾਨ, ਅਸੀਂ ਆਪ ਕਿਸਾਨ ਪਰਿਵਾਰ ਤੋਂ ਹਾਂ। ਕੋਈ ਬੰਦਾ ਹੋਏਗਾ ਜਿਹਦੀ ਜ਼ਮੀਨ ਨਹੀਂ ਹੋਏਗੀ ਜਿਹੜਾ ਪੰਜਾਬ 'ਚ ਰਹਿੰਦਾ। ਸੋ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹ ਜ਼ਰੂਰ ਮੰਨੀਆਂ ਜਾਣੀਆਂ ਚਾਹੀਦੀਆਂ ਨੇ, ਕਿਉਂਕਿ ਇਹ ਲੜਾਈ ਜਿਹੜੀ ਹੈ ਇਹ ਮਤਲਬ ਉਹ ਆਪਣੇ ਲਈ ਨਹੀਂ ਲੜ ਰਹੇ, ਉਹ ਸਾਡੇ ਸਾਰਿਆਂ ਦੇ ਲਈ ਲੜ ਰਹੇ ਨੇ। ਔਰ ਜਿਹੜਾ ਅੰਨਦਾਤਾ ਹੈ ਉਹਦੇ ਲਈ ਤਾਂ ਜਾਨ ਵੀ ਹਾਜ਼ਰ ਹੈ। ਸੋ ਅਸੀਂ ਤਾਂ ਸਦਾ ਹੀ ਉਹਨਾਂ ਦੇ ਨਾਲ ਹਮੇਸ਼ਾ ਹੀ ਖੜ੍ਹੇ ਰਹੇ ਹਾਂ, ਪਰ ਅਸੀਂ ਆਪ ਕਿਸਾਨੀ ਪਰਿਵਾਰ 'ਚੋਂ ਹਾਂ, ਇਸ ਕਿੱਤੇ 'ਚੋਂ ਹਾਂ। ਸੋ ਸਾਡਾ ਤਾਂ ਹਮੇਸ਼ਾ ਹੀ ਅਸੀਂ ਸਾਡਾ ਖੰਡਾ ਬੰਦ ਹੈ।